स्वागत है। मैं थोड़ा अपना अमरजीत सिंह मोनू अज अं खड़े हाँ वार्ड नंबर 2 दे विच। इत्थे दे अज वार्ड का जायजा करांगे, पुछांगे वी किहड़े किहड़े काम हो चुके आ ते किहड़े काम अधूरे आ, किहड़े किहड़े कम्मां दा जिहड़ा लोकां नूं इत्थे जिहड़ा फायदा होया तां किहड़े किहड़े कम्मां दा लोकां नूं आ जिहड़ा नुकसान होया। हुण इह डोर टू डोर जाके आ जिहड़ा लोकां तों इत्थे दे वार्ड दे जिहड़े आ व्यू लवांगे। आओ चलिए जसपाल गिंडा। अच्छा, लाइटां दा गलियां नालियां सारा कीता उहने। साडे टोए हुंदे सी, असीं पहला नहाईदा सी, फिर असीं डब्बियां नाल पानी कढ़ीदा सी। इस वेले साढ़े सिवरज देख लो वे नालियां भी बंद आ, कोई कमी नहीं हैगी इत्थे। ठीक है जी। हाँ। ते लाइटां दा जिहड़ा सिस्टम आ सारा ओह भी सही आ। ते कोई हुण फिर इलेक्शन आण वाले आ माता जी अगले महीने आण वाले टाइम अगर जसपाल गिंडा जी फिर खड़ते आ। हां फिर खड़े ना, उहनां नूं वोट फिर मिलूगी। हां साडी वालों पक्की सारी गली दी। ਸਾਡੇ ਨਾਲ ਇਸ ਵੇਲੇ ਲੇਡੀਜ਼ ਹੋਰ ਮੌਜੂਦ ਆ, ਉਹਨਾਂ ਨੂੰ ਪੁੱਛਦੇ ਆ ਕੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਤੁਹਾਨੂੰ ਇਸ ਵਾਰਡ ਦੇ ਵਿੱਚ ਆ ਰਹੀਆਂ। ਬਸ ਆਹੀ ਸਾਨੂੰ ਮੇਰੀ ਕੁੜੀ ਦੀ ਸਗਨ ਸਕੀਮ ਨਹੀਂ ਆਈ, ਸਾਨੂੰ ਕਹਿੰਦੇ ਸੀ ਸਗਨ ਸਕੀਮ ਸਾਨੂੰ ਆਊਗੀ, ਨਹੀਂ ਆਈ। ਸਾਡੀ ਜਿਹੜੀ ਕਾਰਡ ਵੀ ਕੱਟ ਹੋਇਆ, ਨੀਲੇ ਕਾਰਡ ਆ ਜਿਹੜੇ ਉਹ ਵੀ ਕੱਟ ਹੋਏ। ਹਾਂ ਕੱਟ ਹੋਇਆ, ਹੁਣ ਦੁਬਾਰਾ ਫਾਰਮ ਫੇਰ ਭਰੇ। ਹੁਣ ਗਾਹਾਂ ਫਿਰ ਇਲੈਕਸ਼ਨ ਆ ਰਹੀ ਆ, ਇਹਦੇ ਵਿੱਚ ਫਿਰ ਤੁਹਾਡੇ ਕੋਲ ਆ ਜਿਹੜੇ ਮੋਹਤਵਾਰ ਆਣਗੇ ਵੀ ਸਾਨੂੰ ਵੋਟਾਂ ਪਾਓ, ਸਾਨੂੰ ਵੋਟਾਂ ਪਾਓ। ਸਾਡੇ ਵਾਰਡ ਦੇ ਵਿੱਚ ਪਿਛਲੇ 3 ਵਾਰੀ ਆ ਜਿਹੜੇ ਗਿੰਡਾ MC ਆ ਜਿਹੜੇ ਉਹ ਇੱਥੇ ਦੇ MC ਬਣਦੇ ਆ ਰਹੇ ਆ, ਕੀ ਕਹਿਣਾ ਤੁਹਾਨੂੰ? ਜਿਹੜਾ ਸਾਡਾ ਕੰਮ ਕਰੂਗਾ ਅਸੀਂ ਉਹਦੀ ਵੋਟਾਂ ਪਾਵਾਂਗੇ, ਸਾਡੀਆਂ ਵੋਟਾਂ ਤਾਂ ਪਹਿਲਾਂ ਤੋਂ ਹੱਥ ਹੀ ਜਾ ਰਹੀਆਂ ਦਾ। ਠੀਕ ਹੈ। ਹਾਂਜੀ ਹਾਂਜੀ ਆਂਟੀ, ਤੁਹਾਡੇ ਵਾਰਡ ਦੇ ਵਿੱਚ ਲਾਈਟਾਂ ਵਗੈਰਾ ਲੱਗੀ? ਹਾਂਜੀ ਹਾਂਜੀ। ਕੋਈ ਪਾਣੀ ਦੀ ਦਿੱਕਤ ਨਹੀਂ? ਕੋਈ ਦਿੱਕਤ ਨਹੀਂ। ਕੋਈ ਗਲੀ ਦੀ ਨਹੀਂ? ਨਹੀਂ ਕੋਈ ਦਿੱਕਤ ਨਹੀਂ। ਤੁਹਾਡੇ ਜਿਹੜੇ ਪਿਛਲੇ ਇੰਨੇ ਸਮੇਂ ਤੋਂ MC ਬਣਦੇ ਆ ਰਹੇ ਆ ਉਹਨਾਂ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਆ? ਹਾਂਜੀ ਹਾਂਜੀ ਸਾਰੇ ਕੀਤੇ ਜਾ ਰਹੇ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਫਿਰ ਉਹੀ ਕੱਢਦੇ ਹਾਂਜੀ ਜਾਂ ਕੋਈ ਹੋਰ ਉਮੀਦਵਾਰ ਕੱਢਦਾ, ਤੁਸੀਂ ਕਿਹਨੂੰ? ਅਸੀਂ ਜਿਹੜਾ ਸਾਡੇ ਕੰਮ ਕਰੂਗਾ ਉਹਨੂੰ ਵੋਟ ਪਾਵਾਂਗੇ ਨਾ। ਹਾਂਜੀ ਹਾਂਜੀ। ਸਾਡੇ ਬਾਰ ਚਾਟੀ ਕੰਮ ਹੋਏ ਆ? ਸਾਡੇ ਕੰਮ ਹੋਇਓ ਆ, ਸਾਨੂੰ ਕਲੋਨੀ ਪੱਕੀ ਹੋਣੀ ਚਾਹੀਦੀ, ਸਾਡੀ ਉਹ ਨਹੀਂ ਕੋ ਕਰਦਾ। ਅੱਛਾ, ਇਹ ਜਿਹੜੀ ਕਲੋਨੀ ਹੈ ਰੇਲਵੇ ਦੀ ਹੈ, ਪੱਕੀ ਨਹੀਂ ਹੈ? ਨਹੀਂ ਨਹੀਂ, ਕਮੇਟੀ ਕਰ ਚ ਪਾਈਓ ਆ। ਅੱਛਾ ਜੀ। ਹਾਂ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਨਹੀਂ ਬਣੀਆਂ? ਰਜਿਸਟਰੀਆਂ ਬਣਾਉਣ ਫੇਰ ਆ। ਬਾਕੀ ਤੁਹਾਡੀਆਂ ਗਲੀਆਂ ਜਿਹੜੀਆਂ ਬਣੀਆਂ ਹੋਈਆਂ? ਹਾਂਜੀ ਬਣਿਆ ਬਣਿਆ ਪਿਆ ਸਰ। ਲਾਈਟਾਂ ਲੱਗੀਆਂ ਹੋਈਆਂ? ਹਾਂਜੀ ਲੱਗੀਆਂ। ਅੱਛਾ ਜੀ, ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ 3 ਸਾਲ ਤੋਂ ਇੱਥੇ ਆ ਜਸਪਾਲ ਗਿੰਡਾ ਜੀ ਆ ਲਗਾਤਾਰ MC ਬਣਦੇ ਆ, 15 ਸਾਲ ਤੋਂ MC ਬਣਦੇ ਆ ਰਹੇ ਆ, ਐਤਕੀ ਅਗਰ ਉਹ ਖੜਦੇ ਆ ਤੁਸੀਂ ਕਿਹਨੂੰ ਵੋਟ ਪਾਓ? ਅਸੀਂ ਆਪਣਾ MC ਚੁਣਾਂਗੇ, ਸਾਡਾ ਜਿਹੜਾ 3 MC ਸਾ ਸੀ ਉਹੀ ਚੁਣਾਂਗੇ। ਪਹਿਲੇ ਅਸੀਂ ਵਾਰਡ ਨੰਬਰ 2 ਦੇ ਨੌਜਵਾਨਾਂ ਕੋਲ ਖੜੇ ਆ, ਇਹਨਾਂ ਨੂੰ ਪੁੱਛਦੇ ਆ ਇਹਨਾਂ ਦੇ ਵਾਰਡ ਦੇ ਵਿੱਚ ਆ ਜਿਹੜੇ ਕੰਮ ਹੋਏ ਆ ਜਾਂ ਨਹੀਂ ਹੋਏ ਆ, ਕਿਹੜੇ ਕੰਮ ਅਧੂਰੇ ਆ, ਤਾਂ ਆਉਣ ਵਾਲੇ ਜਿਹੜੇ ਵੋਟਾਂ ਦੇ ਵਿੱਚ MC ਖੜਨਗੇ ਉਹਨਾਂ ਤੋਂ ਇਹ ਕੀ ਉਮੀਦ ਰੱਖਦੇ ਆ, ਤਾਂ ਕਿਹੜੇ ਏਦਾਂ ਦੇ 5 ਕੰਮ ਆ ਜਿਹੜੇ ਉਹ ਇਹਨਾਂ ਤੋਂ ਕਰਵਾਉਣਾ ਚਾਹਣਗੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਭਾਅ ਜੀ, ਅੱਜ ਅਸੀਂ ਤੁਹਾਡੇ ਵਾਰਡ ਦੇ ਵਿੱਚ ਘੁੰਮ ਕੇ ਸਰਵੇ ਕਰ ਰਹੇ ਹਾਂ ਵੀ ਤੁਹਾਡੇ ਵਾਰਡ ਦੇ ਵਿੱਚ ਆ ਜਿਹੜੇ ਕਿੰਨੇ ਕੁ ਕੰਮ ਹੋਏ ਆ ਜਾਂ ਕਿਹੜੇ ਕੰਮ ਅਧੂਰੇ ਆ, ਕੀ ਕਹਿਣਾ ਤੁਹਾਡਾ ਉਹਦੇ ਬਾਰੇ? ਸਾਡੇ ਸਰ ਮੁਹੱਲੇ ਦੇ ਵਿੱਚ ਅਲਟੀਮੇਟਲੀ ਸਾਰੇ ਕੰਮ ਹੋਏ ਆ, ਗਲੀਆਂ ਨਾਲੀਆਂ ਜੋ ਪਾਣੀ ਦਾ ਸਾਰਾ ਕੁਛ ਹੋਇਆ। ਸਾਡੇ ਮੇਨ ਸਮੱਸਿਆ ਹੈਗੀ ਨਸ਼ੇ ਦੀ, ਨਸ਼ੇ ਦੇ ਕਰਕੇ ਸਾਡੇ 2 ਨੌਜਵਾਨ ਕੱਲ੍ਹ, ਇੱਕ ਕੱਲ੍ਹ ਮਰਿਆ, ਇੱਕ ਪਰਸੋਂ ਚੌਥ ਮਰਿਆ, 2 ਨਿੱਕੇ ਨਿੱਕੇ ਨਿਆਣੇ ਆ। ਸ਼ਰਾਬ ਇੱਥੇ ਨਜਾਇਜ਼ ਵਿਕਦੀ ਹੈ, ਜਿਹੜੀ ਕੱਚੀ ਸ਼ਰਾਬ ਵਿਕਦੀ ਹੈ ਜਾਂ ਕਿੱਦਾਂ ਵੀ, ਬਸ ਉਹਦੇ 'ਤੇ ਠੱਲ ਪਾਈ ਜਾਵੇ ਪ੍ਰਸ਼ਾਸਨ ਨੂੰ, ਇਹੀ ਬੇਨਤੀ ਹੈ ਸਾਡੀ। ਜਿਹੜੇ ਤੁਹਾਡੇ ਕੰਮ ਆ ਗਲੀਆਂ ਨਾਲੀਆਂ ਦੇ ਉਹ ਤਕਰੀਬਨ ਹੋਏ ਹੋਏ ਆ, ਨਸ਼ੇ ਦੇ ਕਰਕੇ ਜਿਹੜਾ ਇੱਧਰ ਨੌਜਵਾਨਾਂ ਦੀ ਮੌਤ ਹੋ ਰਹੀ ਆ, ਉਹਦੇ ਬਾਰੇ ਤੁਸੀਂ ਕਦੀ ਜਿਹੜਾ ਸਰਕਾਰ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਉਹਦੇ ਬਾਰੇ ਕੋਈ ਲਿਖਤੀ ਸ਼ਿਕਾਇਤ ਵਗੈਰਾ ਨਹੀਂ ਕੀਤੀ? ਨਹੀਂ, ਕਿੰਨੀ ਵਾਰੀ ਕਿਹਾ MC ਸਾਹਿਬ ਉਹਨਾਂ ਨੂੰ, ਕਈ ਵਾਰੀ ਕਿਹਾ, ਬਸ ਉਹੀ ਕੰਮ ਸਾਡਾ ਨਹੀਂ ਹੋਇਆ ਜਿਹੜਾ ਨਸ਼ੇ ਕਰਕੇ ਨਜਾਇਜ਼ ਮੌਤਾਂ ਹੋਈਆਂ 2-3, ਇਹ ਦਿਨੋਂ ਦਿਨ ਵੱਧ ਰਿਹਾ, ਘੱਟ ਨਹੀਂ ਰਿਹਾ, ਜਿਹਦੇ ਨਾਲ ਘਰਾਂ ਦੇ ਘਰ ਖਰਾਬ ਹੋਈ ਜਾਂਦੇ। ਲੈਟਰਿਨ ਬਾਥਰੂਮ ਦਾ ਸਾਰਾ ਇੱਧਰ ਜਾਣੀ ਕਿ ਸੀਵਰੇਜ ਦੇ ਪੈਪ ਵਗੈਰਾ ਤੁਹਾਡੇ ਪਏ? ਹਾਂਜੀ ਹਾਂਜੀ, ਸਾਰੇ ਪਏ ਹੋਏ। ਸਟਰੀਟ ਲਾਈਟਾਂ? ਹਾਂਜੀ, ਚੱਲਦੀਆਂ ਜੀ, ਸਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਲੈਕਸ਼ਨ ਆ ਜਿਹੜਾ, ਉਹਦੇ ਵਿੱਚ ਤੁਹਾਡੇ ਕੋਲ ਆਉਣਗੇ ਨੁਮਾਇੰਦੇ ਵੀ, ਐਤਕੀ ਮੈਨੂੰ ਵੋਟ ਪਾਇਓ, ਮੈਨੂੰ ਵੋਟ ਪਾਇਓ। ਪਿਛਲੇ ਜਿਹੜਾ 15 ਸਾਲ ਤੋਂ ਇੱਕੋ ਹੀ MC ਆ ਜਿਹੜੇ ਜਸਪਾਲ ਗਿੰਡਾ ਜੀ ਇਸ ਵਾਰਡ ਦੇ ਵਿੱਚੋਂ ਜਿਹੜੇ ਜੇਤੂ ਰਹਿੰਦੇ ਆਏ ਆ, ਐਤਕੀ ਉਹ ਅਗਰ ਫਿਰ ਖੜਦੇ ਆ ਤਾਂ ਤੁਸੀਂ ਕਿਹਨੂੰ ਵੋਟ ਪਾਓ? ਮੇਨ ਉਹੀ, ਜੇ ਉਹ ਵਧੀਆ ਕੰਮ ਕਰਨਗੇ ਗਾਂ ਵੀ ਅਸੀਂ ਉਹਨਾਂ ਨੂੰ ਫਿਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਅਸੀਂ ਫਿਰ ਖੜੇ ਆ ਵਾਰਡ ਨੰਬਰ 2 ਦੀ ਅਗਲੀ ਗਲੀ ਦੇ ਵਿੱਚ। ਇਸ ਵੇਲੇ ਸਾਡੇ ਨਾਲ ਇੱਕ ਆਂਟੀ ਵੀ ਮੌਜੂਦ ਹੈ, ਇਹਨਾਂ ਨੂੰ ਪੁੱਛਦੇ ਇਹਨਾਂ ਦੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਏ ਆ ਤਾਂ ਕਿਹੜੇ ਕਿਹੜੇ ਅਧੂਰੇ ਆ ਜੀ। ਦੇਖੋ ਜੀ, ਆਹ ਸੜਕ ਬਣਦੀ ਸੀ ਉੱਥੇ ਤੱਕ ਬਣੀਆਂ, ਉਸ ਤੋਂ ਲੈ ਕੇ ਵਿਚਾਲੇ ਇੱਕ ਟੋਟਾ ਹੈਗਾ, ਬੇਸ਼ੱਕ ਜਾ ਕੇ ਦੇਖ ਲਓ, ਇਹ ਵੀ ਸਾਡੇ MCA ਕੋਲ ਨਹੀਂ ਬਣਿਆ।
ठीक है ना, तो बाकी आ गली एक बारी ढा के ओही ये तो दूजी बारी लाती आ, बाकी बाकी जो आ राशन आ अगे महीने बाद मिलता सी, 2 किलो दाल भी नाल मिलती सी, हुण इकली सुक्की कणक मिलती आ। पर मैं पिछे सारा महला करदा आया, मैनूं बहुत सारे लोकां दा कहना भी ये जिहड़ी गली आ भी बनी आ, सीवरेज पिया होया ਤਾਂ ਲਾਈਟਾਂ ਜਿਹੜੀਆਂ ਉਹ ਵੀ ਲੱਗੀਆਂ ਹੋਈਆਂ, ਤੇ ਤੁਹਾਡੇ ਵਾਲੀ ਗਲੀ ਆ ਜਿਹੜੀ ਜਾਣ ਕੇ ਉਹ ਬਣੀ ਨਹੀਂ ਆ। ਆਹੀ ਮੋੜ ਤੇ ਨਹੀਂ ਬਣੀ, ਬਾਕੀ ਤਾਂ ਸਾਰਾ ਬਣਿਆ ਹੀ ਆ, ਉਹ ਮੋੜ ਤੇ ਇੰਨਾ ਕੁ ਰਹਿ ਗਿਆ, ਹੁਣ ਬਣਾਉਣ ਲੱਗੇ ਸੀ ਇਹ ਉਨਾ ਕੁ ਟੋਟਾ ਰਹਿ ਕੇ ਆਇਆ, ਬਾਕੀ ਤਾਂ ਚਲੋ ਬਣ ਗਈ ਗਲੀ ਵੀ ਬਣ ਗਈ, ਸਾਰਾ ਸਬਰੇਜ ਵੀ ਪੈ ਗਿਆ, ਪਾਣੀ ਵੀ ਆਉਂਦਾ, ਸਾਰਾ ਕੁਛ ਹੁੰਦਾ ਆ, ਬਾਕੀ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਨਾ ਸਾਨੂੰ ਟੋਲਟਾ ਆ, ਟੋਲਟਾ ਦਾ ਵੀ ਸਾਨੂੰ 1 ਰੁਪਿਆ ਨਹੀਂ ਮਿਲਿਆ, ਸਾਰੇ ਦਵਾ ਕੇ ਸਾਡਾ ਮਕਾਨ ਕੱਚਾ ਹੀ ਸੀਗਾ, ਗਾਟਰ ਵਾਲੇ ਸੀਗੇ, ਹੁਣ ਲੈਂਟਰ ਪਾਇਆ, ਹੁਣ ਆਪਣੇ ਮਰਜ਼ੀ ਨਾਲ ਟੋਲਟ ਬਣਾਈ ਆ, ਸਾਡਾ ਕੱਚਾ ਹੀ ਸੀਗਾ, ਅਰਸਾ ਅੰਦਰ ਬਣਿਆ, ਦੇਖਣ ਬਾਹਰ ਖੜਾ ਹੋ ਕੇ ਕਹਿੰਦਾ ਓਕੇ ਕਰ ਦੇ, ਓਕੇ ਤੇ ਬਜਾਏ ਕਾਟਾ ਹੀ ਮਾਰ ਦਿੱਤਾ, ਕੰਮ ਖਤਮ ਕਰ ਦਿੱਤਾ, ਨਹੀਂ ਬਣਿਆ। ਠੀਕ ਆ, ਨਾ ਸਾਨੂੰ ਟੋਲਟਾ ਦਾ ਮਿਲਿਆ, ਨਾ ਸਾਨੂੰ ਕੋਈ ਸਰਕਾਰੀ ਅਸੂਲ, ਸਾਨੂੰ ਕੋਈ ਮਿਲਿਆ ਹੀ ਨਹੀਂ, ਇਹੀ ਮਿਲਦਾ ਆ ਦਾਣੇ ਮਿਲਦੇ ਆ, ਬਸ ਸੁੱਕਾ ਦਾਣੇ ਮਿਲਦੇ। ਇਸ ਵੇਲੇ ਅਸੀਂ ਖੜੇ ਆ ਵਾਰਡ ਨੰਬਰ 2 ਦੇ ਵਿੱਚ, ਜਿੱਥੇ ਅਸੀਂ ਸਾਰੇ ਵਾਰਡ ਦਾ ਸਰਵੇ ਕੀਤਾ, ਉੱਥੇ ਸਾਰੀਆਂ ਗਲੀਆਂ ਨਾਲੀਆਂ ਸੀਵਰੇ ਤੇ ਲਾਈਟਾਂ ਬਣੀਆਂ ਹੋਈਆਂ ਦੇਖੀਆਂ, ਤੇ ਲੋਕਾਂ ਵੱਲੋਂ ਜਿਹੜਾ MC ਸਾਹਿਬ ਦਾ ਜਿਹੜਾ ਧੰਨਵਾਦ ਵੀ ਕੀਤਾ ਗਿਆ। ਪਰ ਇਸ ਵੇਲੇ ਅਸੀਂ ਜਿਹੜਾ ਵਾਰਡ ਨੰਬਰ 2 'ਚ ਹੀ ਖੜੇ ਆ, ਉੱਥੇ ਆ ਜਿਹੜਾ ਇੱਕ ਗਲੀ ਐਸੀ ਆ, ਰਾਸਤਾ ਐਸਾ ਜਿਹੜਾ ਮੇਨ ਰਾਸਤਾ ਮੰਨ ਕੇ ਚੱਲੋ ਵੀ ਪੱਕਾ ਰਾਸਤਾ, ਜਿਹੜਾ ਉੱਥੇ ਅੱਧਾ ਟੁੱਟਾ ਹੋਇਆ, ਤੁਸੀਂ ਦੇਖ ਸਕਦੇ ਆ, ਤੁਹਾਨੂੰ ਲਾਈਵ ਦੇ ਵਿੱਚ ਜਿਹੜੀਆਂ ਤਸਵੀਰਾਂ ਉਹ ਤੁਹਾਨੂੰ ਦਿਖਾਈਆਂ ਜਾਣਗੀਆਂ। ਇਸ ਵੇਲੇ ਉੱਥੇ ਦੇ ਸਾਹਮਣੇ ਘਰ ਵਾਲੇ ਸਾਡੇ ਨਾਲ ਮੌਜੂਦ ਆ, ਉਹਨਾਂ ਨੂੰ ਪੁੱਛਦੇ ਆ ਭਾਜੀ ਇਹ ਜਿਹੜਾ ਇੰਨਾ ਕੁ ਰਾਸਤਾ ਕੱਚਾ, ਇਹ ਕੱਚਾ ਰਹਿਣ ਦਾ ਕੀ ਕਾਰਨ ਆ? ਇਹ ਕਾਰਨ ਭਾਜੀ ਇਹੀ ਹੈ, ਤਾਂ MCਆਂ ਨੂੰ ਪਤਾ ਹੋਣਾ ਚਾਹੀਦਾ। ਠੀਕ ਆ ਨਾ, ਦੇਖੋ ਅਸੀਂ ਪੈਪ ਪਵਾਏ ਆ, ਬਾਕੀ ਸ਼ੋਟ ਤੁਸੀਂ ਵੀਡੀਓ ਲੈ ਲਏ ਆ, ਠੀਕ ਆ, ਸਾਰੇ ਉਹ ਸਾਰਾ ਦੇਖਿਆ ਜਾਣਾ। ਹੁਣ ਪੈਪ ਵੀ ਪਵਾਏ, ਸੀਵਰੇਜ ਪਏ, ਅਸੀਂ ਪੈਪ ਆਪਣੇ ਪਵਾਏ ਆ, ਇੱਥੋਂ ਸਾਡੇ ਆ 3-4 ਘਰ ਰਹਿ ਜਾਂਦੇ ਜਦੋਂ ਵੀ ਰਹਿੰਦੇ ਆ, ਕੀ ਗੱਲ ਆ? ਵੋਟਾਂ ਲੈਣ ਨੂੰ ਹਰੇਕ MC ਮੂਹਰੇ ਆ ਜਾਂਦਾ ਜੀ, ਸਾਨੂੰ ਪਾਓ ਜੇ ਰੇਲਵੇ ਦੇ ਵਿੱਚ ਸਹਿਣ ਦਾਦਾਂ ਦੇ, ਕੋਈ ਉਹ ਰੇਲਵੇ ਦੇ ਵਿੱਚ ਸਹਿਣ ਹੀ ਹੈਗਾ ਅੱਜ ਜਿਹੜੇ ਛੋੜ ਦਿੱਤੇ ਗਏ ਆ। ਬਾਕੀ ਸਾਰੇ ਆ ਜਿਹੜੇ ਗਲੀਆਂ ਬਣੀਆਂ, ਇਹੀ ਗਲੀ ਆ ਜਿਹੜੀ ਆਈ, ਸਾਡੇ ਕਹਿੰਦੇ ਆ ਵੀ ਇੱਧਰ ਰੇਲਵੇ ਵਾਲੇ ਨਿਖ ਪਾਉਣ ਦਿੰਦੇ ਨਾ, ਸਾਡੇ ਰਿਸੀਵਰ ਆ ਆਂਦੇ ਇਹਨਾਂ ਦੇ ਪਾਣੀ ਖੜਾ ਆ, ਜਿਹੜੇ ਮਰਜ਼ੀ ਆ ਕੇ ਦੇ ਦੇ। ਹੁਣ ਲੈਣ ਵਾਲੇ ਵੀ ਮੈਨੂੰ ਧਮਕੀ ਦੇ ਗਏ ਵੀ ਬੀਬੀ ਪਾਣੀ ਬੰਦ ਕਰ ਲਾ, ਕੱਚੀ ਗੂਹੀ ਆ ਉਹ ਵੀ ਆਹ ਇੱਕ ਵਾਰੀ ਮੋਦੀ ਨੇ ਪਾਇਆ ਸੀ ਥੋੜੀ ਜਿਹਾ ਖਰਚ, ਤੇ ਕੱਚੀ ਗੂਹੀ ਤੇ ਸੀ ਰੱਖੀ ਬੋਲਦਾ, ਸਾਨੂੰ ਕਹਿੰਦੇ ਵੀ ਰੇਲਵੇ ਵਿੱਚ ਆ ਕਿਹੜੇ ਪਾਓ ਤੁਸੀਂ, ਕੀ ਕਹਿ ਕੇ ਕਿਹੜੇ 5 ਕੰਮ ਆ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਵੀ ਸਾਡਾ ਜਿਹੜਾ ਹੌਸਲਾ ਆ ਇਹ ਹੱਲ ਕਰੋ, ਉਹਨੂੰ ਵੋਟ ਪਾਵਾਂਗੇ ਜਿਹੜਾ ਸਾਡੇ ਬਰੋਬਰ ਤੋਂ, ਜਿਹੜਾ ਸਾਡੇ ਕੰਮ ਕਰਾਊਂਗਾ ਜੀ ਉਹਦੇ ਬਰੋਬਰ ਤੁਰਾਂਗੇ, ਇਹ ਪਹਿਲਾਂ ਲਿਖਾਵਾਂਗੇ ਵੋਟ ਵੀ ਉਹਨੂੰ ਪਾਵਾਂਗੇ, ਅਗਲੇ ਤੋਂ ਲਿਖਾਵਾਂਗੇ ਵੀ ਹਾਂ ਵੀ 10 ਇੱਥੇ ਤੱਕ ਸਾਡੇ ਆ ਕੰਮ ਹੋਣੇ ਚਾਹੀਦੇ ਆ, ਕੋਈ ਵੀ ਆਪਾਂ ਇੰਨਾ ਕਰਨਾ, ਕਿਉਂਕਿ ਜਦੋਂ ਵੋਟਾਂ ਪੈ ਜਾਂਦੀਆਂ ਵੋਟਾਂ ਦੇ ਬਾਅਦ ਚੋਂ ਨਾ ਕੋਈ ਆ ਕੇ ਪੁੱਛਦਾ ਆ, ਕੋਈ ਕਿਸੇ ਨੂੰ ਪੁੱਛਦਾ ਨੀ ਕੀ ਤਕਲੀਫਾਂ ਕੀ ਨੇ, ਮਕਾਨ ਤੇ ਸਾਰੇ ਮੁੱਲੇ ਦੇ ਤੇ ਸਾਨੂੰ ਆਹ ਇੱਥੇ ਖੜੇ ਹੋਏ ਸੀਗੇ ਅਕਾਲੀ ਪਾਰਟੀ ਵਾਲੇ, ਇਹਨੇ ਕਿਹਾ ਸੀਗਾ ਤੁਹਾਨੂੰ ਅਸੀਂ 5 ਮਾਲੇ ਸਹਿਮ ਵੀ ਦੇਵਾਂਗੇ, ਤੇ ਤੁਹਾਨੂੰ ਅਸੀਂ ਸਭ ਕੋ ਕਮੋੜ ਕੇ ਜਿੱਤ ਕਰ ਨਾ ਕਿਸੇ ਸਹਿਮ ਦਿੱਤਾ, ਜਿਹੜੇ ਕੁੱਲੀਆਂ ਸੀ ਉਹ ਵੀ ਢਾ ਕੇ ਦੁਬਾਰਾ ਆਪ ਹੀ ਫੇਰ ਪਾ, ਫਿਰ ਤੁਹਾਨੂੰ ਜਾਣ ਕੇ 5 ਮਰਲੇ ਦਾ ਥਾਂ ਮਿਲਿਆ, ਅੱਖ ਵੀ ਨਹੀਂ ਕੋ ਸਹਿਮ ਛੱਡਿਆ ਇੱਥੇ ਕੋਲ, ਸਾਨੂੰ ਤਾਂ ਅਬਾਲਿਆਂ ਨੇ ਭਰ ਨਹੀਂ ਦਾ ਸੱਪ ਜਾ ਕੇ ਦੇ ਲਓ ਲਮਕਦੀ ਆ, ਉਹ ਵੀ ਕਹਿੰਦੇ ਉਹਨਾਂ ਨੇ ਮੈਨੇ ਜਿਹਨੇ ਸਹਿਣ ਜਿਹਨ ਜਾ ਸਰ ਰਜਿਸਟਰ ਇਸ ਕਿੱਥੋਂ ਲੈ ਲਈਏ, ਬਾਲੇ ਸਾਹ ਜਾ ਕੇ ਦੇ ਲਓ ਜਿਹੜੇ ਮਰਜ਼ੀ ਬਾਲੇ ਲਮਕਦੇ ਆ, ਆਪ ਕੋਠਾ ਡੈਪੇ ਬਣੂ ਤਾਂ ਵੀ ਉਹ ਕਹਿੰਦੇ ਜਿਹੜੇ ਮਿਲਦੇ ਰਜਿਸਟਰਿੰਗ ਵਾਲਿਆਂ ਨੂੰ। ਇਸ ਵੇਲੇ ਅਸੀਂ ਖੜੇ ਆ ਵਾਰਡ ਨੰਬਰ 2 ਦੇ ਵਿੱਚ, ਜਿੱਥੇ ਕਿ ਅਸੀਂ ਅੱਜ ਸਾਰਾ ਵਾਰਡ ਨੰਬਰ 2 ਦਾ ਜਿਹੜਾ ਸਰਵੇ ਕੀਤਾ, ਇੱਥੇ ਦੇ ਜਿਹੜੇ ਲਗਾਤਾਰ 3 ਵਾਰ ਇੱਥੋਂ ਜਿਹੜੀਆਂ ਨਗਰ ਕੌਂਸਲਰ ਦੀ ਚੋਣ ਆ ਜਿੱਤਦੇ ਆ ਰਹੇ ਆ, ਜਸ਼ਪਾਲ ਗਿੰਡਾ ਜੀ ਉਹਨਾਂ ਦਾ ਵਾਰਡ ਕੀਤਾ ਸੀ, ਇਸ ਵੇਲੇ ਸਾਡੇ ਨਾਲ ਉਹ ਮੌਜੂਦ ਆ, ਉਹਨਾਂ ਨੂੰ ਪੁੱਛਦੇ ਆ ਵੀ ਉਹਨਾਂ ਦੇ ਮਹੱਲੇ ਦੇ ਵਿੱਚ ਜਿਹੜੀਆਂ ਲੋਕਾਂ ਵੱਲੋਂ ਸਮੱਸਿਆਵਾਂ ਦੱਸੀਆਂ ਗਈਆਂ ਵੀ ਕੀ ਕਾਰਨ ਆ ਉਹ ਸਮੱਸਿਆਵਾਂ ਦੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਅਸੀਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਸਰਵੇ ਕਰ ਰਹੇ ਆ ਇਕੱਲੇ ਇਕੱਲੇ ਵਾਰਡ ਦੇ ਵਿੱਚ ਜਾ ਕੇ, ਅੱਜ ਅਸੀਂ ਤੁਹਾਡੇ ਵਾਰਡ ਦਾ ਸਰਵੇ ਕੀਤਾ ਹੈ, ਤਾਂ ਉੱਥੇ ਜਾ ਕੇ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸੁਣੀਆਂ ਉਹਦੇ ਸਿਲਸਿਲੇ 'ਚ ਅਸੀਂ ਤੁਹਾਨੂੰ ਕੁਝ ਗੱਲਾਂ ਕਰਨੀਆਂ ਜੇ ਤੁਹਾਡੇ ਕੋਲ 2 ਮਿੰਟ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਟੀਮ ਨੂੰ ਮੈਂ ਵੈਲਕਮ ਜੀ ਆਇਆਂ ਆਖਦਾ, ਔਰ 2003 ਤੋਂ ਲੈ ਕੇ ਮਹੱਲਾ ਸੰਤੋਖਪੁਰੇ ਦੇ ਵਿੱਚ ਮੈਨੂੰ ਸੂਝਵਾਨ ਵੋਟਰਾਂ ਭਰਾਵਾਂ ਨੇ ਔਰ ਮਹੱਲਾ ਨਿਵਾਸੀਆਂ ਨੇ ਮੈਨੂੰ 2003 ਦੇ ਵਿੱਚ ਪਹਿਲੀ ਵਾਰ ਮੈਨੂੰ ਕਾਂਗਰਸ ਦੀ ਟਿਕਟ ਤੋਂ ਚੌਧਰੀ ਸੰਤੋਖ ਸਿੰਘ ਜੀ ਦੀ ਰਹਿਨਮਾਈ ਹੇਠ ਮੈਨੂੰ
ਕੌਂਸਲਰ ਬਣਾਇਆ। ਔਰ ਮੈਂ ਜਦੋਂ ਪਹਿਲੀ ਵਾਰ ਚੌਧਰੀ ਸਾਹਿਬ ਮੈਨੂੰ ਟਿਕਟ ਦਿੱਤੀ ਅਤੇ ਮੈਂ ਚੌਧਰੀ ਸਾਹਿਬ ਨੂੰ ਇਹ ਬੇਨਤੀ ਕੀਤੀ ਸੀਗੀ ਵੀ ਜੇ ਮੈਨੂੰ ਤੁਸੀਂ ਇਹ ਟਿਕਟ ਦੇਣੀ ਹੈ ਕਾਂਗਰਸ ਦੀ, ਵੀ ਪਹਿਲੀਆਂ ਸਰਕਾਰਾਂ ਨੇ, ਕੋਈ ਵੀ ਸਰਕਾਰ ਆਈ ਆ ਉਸ ਮੁਹੱਲੇ ਦੀ ਕਿਸੇ ਨੇ ਸਾਰ ਨਹੀਂ ਲਈ ਸੀਗੀ, ਚਾਹੇ ਕੋਈ MC ਬਣਿਆ ਉੱਥੇ ਪਹਿਲਾਂ ਮੇਰੇ ਤੋਂ 2003 ਤੋਂ ਪਹਿਲਾਂ, ਚਾਹੇ ਕੋਈ ਵੀ ਸਰਕਾਰ ਆਈ ਕਿਸੇ ਨੇ ਉਸ ਮੁਹੱਲੇ ਦੀ ਸਾਰ ਨਹੀਂ ਲਈ। ਪਰ ਮੈਂ ਉਸ ਮੁਹੱਲੇ ਦੇ ਵਿੱਚ ਜਿਸ ਦਿਨ ਮੈਨੂੰ ਚੌਧਰੀ ਸਾਹਿਬ ਟਿਕਟ ਦਿੱਤੀ, ਉਹ ਟਿਕਟ ਨਾਲ ਮੈਨੂੰ ਨਵਾਜਿਆ, ਮੈਂ 2003 ਦੇ ਵਿੱਚ ਟਾਈਟ ਲੈ ਕੇ ਜਾਂ ਮੁਹੱਲੇ ਦੇ ਵਿੱਚ ਗਿਆ, ਲੋਕਾਂ ਦੇ ਹਜੂਮ ਦੇ ਵਿੱਚ ਖੜ ਕੇ, ਲੋਕਾਂ ਦੇ ਇਕੱਠ ਦੇ ਵਿੱਚ ਖੜ ਕੇ ਮੈਂ ਕਸਮ ਖਾਧੀ ਸੀਗੀ ਵੀ ਮੈਂ ਬਾਲ ਬੱਚੇ ਦਾ ਰਿਹਾ, ਲੋਕੋ ਤੁਹਾਡਾ ਮੈਂ ਭਲਾ ਕਰੂੰਗਾ, ਤੁਹਾਡੇ ਵਿਕਾਸ ਦੇ ਕੰਮ ਕਰਾਊਂਗਾ, ਵੀ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿਓ। ਜਿੱਦਾਂ ਅਸੀਂ ਤੁਹਾਡਾ ਵਾਰਡ ਕੀਤਾ, ਤੁਸੀਂ ਵਾਕਈ ਉੱਥੇ ਕੰਮ ਵੀ ਕੀਤੇ ਆ, ਲੋਕਾਂ ਵੱਲੋਂ ਤੁਹਾਡੀ ਪ੍ਰਸ਼ੰਸਾ ਵੀ ਕੀਤੀ ਗਈ ਆ, ਪਰ ਇੱਕ ਦੋ ਜਿਹੜੇ ਕਾਰਜ ਆ ਉੱਥੇ ਜਿਹੜੇ ਹੱਲੇ ਵੀ ਨਹੀਂ ਕੀਤੇ ਗਏ ਆ, ਬਾਕੀ ਸਾਰਾ ਜਿਹੜਾ ਤੁਹਾਡਾ ਵਾਰਡ ਆ ਅਸੀਂ ਦੇਖਿਆ। ਉਸ ਤੋਂ ਬਾਅਦ ਇਹ ਆ ਵੀ ਇੱਕ ਉੱਥੇ ਜਿਹੜੀ ਗਲੀ ਆ, ਉਸ ਗਲੀ ਦੇ ਵਿੱਚ ਇੱਕ ਜਿਹੜਾ ਟੋਟਾ ਉਹ ਬਣਨਾ ਬਾਕੀ ਆ, ਬਾਕੀ ਸਾਰਾ ਜਿਹੜਾ ਤੁਹਾਡਾ ਸੀਵਰੇਜ ਦਾ ਵੀ ਲੋਕਾਂ ਵੱਲੋਂ ਪ੍ਰਸ਼ੰਸਾ ਗਿਆ ਕਿ ਇਹਨਾਂ ਨੇ ਕੰਮ ਕੀਤੇ ਆ, ਉਹ ਗਲੀ ਦਾ ਜਿਹੜਾ ਰੇਲਵੇ ਲਾਈਨ ਦੇ ਕੋਲ ਪੈਂਦੀ ਆ, ਉਹ ਰੁਕਣ ਦਾ ਵਧੀਆ ਕੀ ਆ ਜਿਹੜੀ ਆ? ਦੇਖੋ, ਲੋਕਾਂ ਦਾ ਇੱਕ ਨਿਮਾਣਾ ਜਿਹਾ ਸੇਵਕਿਆਂ ਔਰ ਲੋਕਾਂ ਦੇ ਚਾਨਣਾਂ ਦੀ ਧੂੜ ਵਰਗਾ ਬਣੀ। ਮੇਰੇ ਕੋਲ ਕੋਈ ਵੀ ਕਿਸੇ ਕੰਮ ਲਈ ਵੀ ਮੇਰੇ ਕੋਲ ਆ ਜਾਵੇ ਔਰ ਮੈਂ 24 ਘੰਟੇ ਤੱਤਪਰ ਰਹਿੰਦਾ, ਮੋਹਰ ਮੇਰੇ ਜੀਵ ਦੇ ਵਿੱਚ ਰਹਿੰਦੀ ਆ, ਟੈਲੀਫੋਨ ਜੇ ਮੈਨੂੰ ਕੋਈ ਕਰਦਾ ਮੇਰੇ ਤੋਂ ਨਹੀਂ ਚੱਕ ਹੋਇਆ, ਸਕੂਟਰ 'ਤੇ ਜਾਂਦਾ ਅਤੇ ਮੈਂ ਫਿਰ ਵੀ ਹੁਣ ਸਕੂਟਰ ਰੋਕ ਕੇ ਔਰ ਆਪਣੇ ਕੋਲੋਂ ਮੈਂ ਦੁਬਾਰਾ ਫਿਰ ਟੈਲੀਫੋਨ ਨਮਸਕਾਰ ਕਰਦਾ ਵੀ ਆਪਣਾ ਕੋਈ ਕੰਮ ਦੱਸੋ। ਇਹ ਮੈਂ ਮੰਨਦਾ ਗੱਲ ਵੀ 100% ਜਿਹੜਾ ਕੰਮ ਹੈ ਪ੍ਰਧਾਨ ਮੰਤਰੀ ਬਣੀ ਹਿੰਦੁਸਤਾਨ ਦਾ ਕਰ ਸਕਦਾ। ਮੈਂ ਤਾਂ ਇੱਕ ਚਿੜੀ ਦੇ ਪਹੁੰਚੇ ਜਿੰਨਾ ਵੀ ਨਿਮਾਣਾ ਜਿਹਾ ਸੇਵਕਿਆਂ ਔਰ ਜੇ ਕੌਂਸਲਰ ਬਣਿਆ ਤਾਂ, ਔਰ ਮੈਂ ਆਪਣੇ ਆਪ 'ਤੇ ਮਾਣ ਫਕਰ ਕਰਦਾ ਔਰ ਮਾਣ ਮਹਿਸੂਸ ਕਰਦਾ ਹਾਂ ਵੀ 2003 ਤੋਂ ਲੈ ਕੇ ਅੱਜ ਤੱਕ ਜੇ ਕੋਈ ਛੋਟੇ ਮੋਟੇ ਕੰਮ ਰਹਿ ਗਏ ਆ, ਜੇ ਕੋਈ ਇੱਕ ਗਲੀ ਤੁਸੀਂ ਦੱਸਿਆ ਮੈਨੂੰ ਵੀ ਆਹ ਛੋਟੀ ਜਿਹੀ ਗਲੀ ਇੱਕ ਰਹਿ ਗਈ ਹੈਗੀ ਆ, ਉਹ ਨੋਰਮਲ ਜੇ ਕੰਮ ਆ, ਕੋਈ ਏਡੀ ਖਾਸ ਗੱਲ ਨਹੀਂ ਹੈਗੀ, ਉਹ ਵੀ ਹੋ ਜਾਊਗੀ। ਅਸੀਂ ਚਿੱਠੀ ਲਿਖ ਕੇ ਪਾਈ ਹੈਗੀ ਆ, ਅਸੀਂ MP ਸਾਹਿਬ ਨੂੰ ਕਿਹਾ ਵੀ ਜਿਹੜਾ 15-20 ਫੁੱਟ ਮੇਰੇ ਖਿਆਲ 30 ਫੁੱਟ ਹੋਊਗੀ ਗਲੀ ਵੱਧ ਤੋਂ ਵੱਧ, ਅਤੇ ਜੇ ਕੋਈ ਮੇਰੇ 'ਚ ਨੋਕਸ਼ ਕੱਢਦਾ ਤਾਂ ਮੈਨੂੰ ਗਾਂਹ ਵਾਸਤੇ ਮੈਨੂੰ ਅਕਲ ਵੀ ਆਉਂਦੀ ਹੈਗੀ ਆ ਵੀ 30 ਫੁੱਟ ਗਲੀ ਰਹਿ ਕਿਉਂ ਗਈ ਆ, ਉਹਦਾ ਮੈਂ ਕਾਰਨ ਲੱਭੂੰਗਾ ਔਰ ਜਲਦੀ ਤੋਂ ਜਲਦੀ ਉਹ ਵੀ ਬਣਾਵਾਂਗੇ। ਪਰ ਉਹਨਾਂ ਦਾ ਸਰ ਇਹ ਕਹਿਣਾ ਵੀ ਸਾਰਾ ਪਿੰਡ ਆ ਜਿਹੜਾ ਬਣਿਆ ਹੋਇਆ, ਵੀ ਉਹ ਜਿਹੜੀ ਗਲੀ ਆ ਰਹਿਣ ਦਾ ਮਕਸਦ ਇਹੀ ਆ, ਜਦੋਂ ਵੋਟਾਂ ਆਉਂਦੀਆਂ ਸਾਡੇ ਘਰ ਦੀਆਂ 8 ਵੋਟਾਂ, ਅਤੇ ਵੋਟਾਂ ਦੇ ਵੇਲੇ ਸਾਨੂੰ ਕਹਿ ਦਿੰਦੇ ਆ ਵੀ ਤੁਹਾਡੀਆਂ ਵੋਟਾਂ, ਜਦੋਂ ਵੋਟਾਂ ਨਿਕਲ ਜਾਂਦੀਆਂ ਸਾਨੂੰ ਉਹ ਰੇਲਵੇ ਦੇ ਵਿੱਚ ਗਿਣ ਲੈਂਦੇ ਆ, ਜਦਕਿ ਜੇ ਦੇਖਿਆ ਜਾਵੇ ਉਹ ਸਾਰਾ ਜਿਹੜਾ ਮੱਲਾ ਰੇਲਵੇ ਦੇ ਵਿੱਚ ਹੀ ਆ। ਦੇਖੋ, ਜੇ ਰੇਲਵੇ ਦਾ ਗੜ, ਮੈਂ ਤਾਂ ਰੇਲਵੇ ਨੂੰ ਗਿਣਦਾ ਹੀ ਨਹੀਂ ਹੈਗਾ, ਨਾ ਮੈਂ ਸੈਂਟਰ ਸਰਕਾਰ ਦੀ ਜਗ੍ਹਾ ਗਿਣਦਾ, ਮੈਂ ਤਾਂ ਜਿੱਥੇ ਲੋਕਾਂ ਨੇ ਵਸੇਬਾ ਕਰ ਲਿਆ, ਜਿੱਥੇ ਲੋਕ ਰਹਿ ਰਹੇ ਆ, ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ, ਚਾਹੇ ਉੱਥੇ ਸੀਵਰੇਜ ਦਾ ਕੰਮ ਸੀਗਾ, ਚਾਹੇ ਉੱਥੇ ਗਲੀਆਂ ਨਾਲੀਆਂ ਦਾ ਕੰਮ ਸੀਗਾ, ਚਾਹੇ ਉੱਥੇ ਲਾਈਟਾਂ ਦਾ ਕੰਮ ਸੀਗਾ, ਚਾਹੇ ਉੱਥੇ ਘਰੇਲੂ ਲੋਕਾਂ ਦੇ ਝਗੜਾ ਸੀ ਕੋਈ ਵੀ ਸੀਗਾ, ਅਤੇ ਮੈਂ ਤਾਂ ਲੋਕਾਂ ਦੇ ਪਹਿਲ ਦੇ ਆਧਾਰ 'ਤੇ ਸਾਰੇ ਕੰਮ ਕੀਤੇ ਆ। ਜੇ ਛੋਟੀ ਮੋਟੀ ਕੋਈ ਸਮੱਸਿਆ ਹੈਗੀ ਆ ਤਾਂ ਮੈਂ ਉਹ ਵੀ ਜਲਦੀ ਤੋਂ ਜਲਦੀ ਹੱਲ ਕਰਾ ਦੂੰਗਾ। ਉਹ ਮੇਰਾ ਖਿਆਲ ਆ ਵੀ 3-4% ਸਾਰਾ ਮਸਲਾ ਆ ਉੱਥੇ ਕੰਮ ਦਾ ਰਹਿ ਗਿਆ, ਜੋ ਮੈਂ ਪਹਿਲਾਂ ਦੱਸ ਚੁੱਕਾ ਤੁਹਾਨੂੰ ਵੀ 100% ਤਾਂ ਪ੍ਰਧਾਨ ਮੰਤਰੀ ਬਣੀ ਕੰਮ ਕਰਦੇ, ਲੋਕ ਉਹਦੇ ਵਿੱਚ ਵੀ ਕੋਈ ਨਾ ਕੋਈ ਕਹੀ ਦਿੰਦੇ, ਖਾਮੀਆਂ ਕੱਢੇ ਦਿੰਦੇ ਆ, ਪਰ ਮੈਂ ਤਾਂ ਹੈ ਹੀ ਕੁਛ ਨਹੀਂ ਹੈਗਾ। ਇੱਕ ਸਰ ਉੱਥੇ ਨੌਜਵਾਨ ਮੁੰਡਿਆਂ ਨਾਲ ਗੱਲ ਕੀਤੀ ਗਈ ਆ, ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਸਾਡੇ ਮੁਹੱਲੇ ਦੇ ਵਿੱਚ ਆ ਜਿਹੜੇ MC ਸਾਹਿਬ ਵੱਲੋਂ ਸਾਰੇ ਕਾਰਜ ਆ ਜਿਹੜੇ ਉਹ ਕੀਤੇ ਜਾ ਰਹੇ ਆ, ਗਲੀਆਂ ਵੀ 2-3 ਵਾਰ ਜਿਹੜੀਆਂ ਪੱਟ ਕੇ ਬਣਾਈਆਂ ਗਈਆਂ, ਵੀ ਸਾਡੇ ਮੁਹੱਲੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਿਹੜਾ ਪਿੱਛਾ ਸਮਾਂ ਲੰਘ ਕੇ ਗਿਆ, ਇਹਦੇ ਵਿੱਚ 2-3 ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋ ਗਈਆਂ, ਵੀ ਇੱਥੇ ਨਸ਼ੇ ਦੇ ਕਰਕੇ ਜਿਹੜਾ ਸਾਡੇ ਨੌਜਵਾਨ ਪੀੜ੍ਹੀ ਦਾ ਥੋੜ੍ਹਾ ਜਿਹਾ ਨੁਕਸਾਨ ਹੋ ਰਿਹਾ, ਉਹਦੇ ਬਾਰੇ ਕੀ? SSP ਸਾਹਿਬ ਦਿਹਾਤੀ ਜਲੰਧਰ ਵਾਸੀ ਪੈਲਸ ਦੇ ਵਿੱਚ ਪਿੱਛੇ ਜਿਹੇ ਆਏ ਸੀਗੇ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜੀਆਂ ਤੁਸੀਂ ਆਹ ਸਟੇਜਾਂ ਲਾਉਂਦੇ ਆ ਪੈਲਸਾਂ ਦੇ ਵਿੱਚ ਆਉਂਦੇ ਆ ਜਾਂ ਹੋਰ ਤੁਸੀਂ ਨਸ਼ਾ ਲਾਉਂਦੇ ਆ ਨਸ਼ਿਆਂ ਦੇ ਖਿਲਾਫ, ਤੁਸੀਂ ਜਾਗਰੂਕ ਕਰੋ ਸਾਨੂੰ, ਲੋਕਾਂ ਨੂੰ ਨਾਲ ਲੈ ਕੇ ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਜੇ ਅਸੀਂ ਪ੍ਰਸ਼ਾਸਨ ਨੂੰ ਦੱਸ ਦਿੰਦੇ ਹਾਂ ਵੀ ਫਲਾਨੇ ਪਿੰਡ ਫਲਾਨੀ ਜਗ੍ਹਾ 'ਤੇ ਆ ਨਸ਼ਾ ਵਿਕਦਾ, ਜਿਹੜੇ ਉਹਨਾਂ ਦੇ ਥੱਲੇ ਵਾਲੇ ਮੁਲਾਜ਼ਮ ਉਹ ਪਹਿਲਾਂ ਉਹਨਾਂ ਦੇ ਘਰ ਸੁਨੇਹਾ ਭੇਜ ਦਿੰਦੇ, ਉੱਥੇ MC ਕੀ ਕਰੂੰਗਾ ਜੀ? ਮੈਂ ਕਹਿੰਦਾ ਮੈਂ ਉੱਥੇ ਬਹਿ ਜਾਂਦਾ ਮੁਹੱਲੇ ਦੇ ਵਿੱਚ, ਇੱਕ ਵੀ ਮਾੜੀ ਜਿਹੀ ਸ਼ਰਾਬ ਜਾਂ ਕੋਈ ਟੀਕਾ ਜਾਂ ਹੋਰ ਕੋਈ ਚੀਜ਼ ਨਹੀਂ, ਜਾਂ ਪ੍ਰਸ਼ਾਸਨ ਮੇਰਾ ਸਾਥ ਦੇਵੇ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਮੈਂ SSP ਜਲੰਧਰ ਨੂੰ ਬੇਨਤੀ ਕਰਦਾ ਵੀ ਸਾਡਾ ਸਾਥ ਦੇਵੋ ਤੁਸੀਂ। ਆਹ ਹੁਣ 40,000 ਲੀਟਰ ਦਾ ਸ਼ਰਾਬ ਫੜੀ ਹੈਗੀ ਆ, ਕੀ ਉਹ ਬੰਦ ਹੋ ਜਾਣਾ ਕਿਤੇ? ਕੰਮ ਬੰਦ ਨਹੀਂ ਹੋਣਾ ਕੰਮ ਕਿਤੇ ਕੋਈ ਵੀ, ਇਹ ਠੀਕ ਆ ਵੀ ਪ੍ਰਸ਼ਾਸਨ ਲੱਗਿਆ ਆ। ਪ੍ਰਸ਼ਾਸਨ ਮੇਰੇ ਵੱਲੋਂ ਬੇਨਤੀ ਆ ਵੀ ਨਸ਼ਿਆਂ ਨੂੰ ਠੱਲ ਪੈਣੀ ਚਾਹੀਦੀ ਹੈਗੀ ਆ। ਮੇਰੀ ਇਹ ਆਪ ਦਿਨ ਰਾਤ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ, ਮੈਂ ਆਪਣੇ ਵੱਲੋਂ ਲੋਕਾਂ ਨੂੰ ਬੇਨਤੀ ਵੀ ਕਰਦਾ ਹਾਂ ਵੀ ਤੁਸੀਂ ਆਪਣੇ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਆਪਾਂ ਦਈਏ ਜਿੱਥੇ ਮੇਰੇ ਲੋਕਾਂ ਨੂੰ ਜ਼ਰੂਰਤ ਹੈ। ਜੇ ਕੋਈ ਨਸ਼ਾ ਵੇਚਦਾ ਮੈਂ ਉਹਦੇ ਦਰ ਦੇ ਮੂਹਰੇ ਜਾ ਕੇ ਮੈਂ ਬਹਿ ਜਾਊਂਗਾ, ਮੈਨੂੰ ਲੋਕ ਦੱਸੋ। ਜਿੱਦਾਂ ਸਰ ਹੁਣ ਇਲੈਕਸ਼ਨ ਆ ਰਹੀ ਹੈ, ਤੁਸੀਂ ਇਸ ਵਾਰ ਆਪਣੇ ਫਿਰ ਨਾਮਜ਼ਦ ਆ ਜਿਹੜੇ, ਤੁਹਾਨੂੰ ਪਤਾ ਲੱਗਾ ਵੀ ਤੁਸੀਂ ਫਿਰ ਖੜ ਰਹੇ ਆ,
ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦੇ ਕਿਹੜੇ ਪੰਜ ਕੰਮ ਆ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਉਸ ਮਹੱਲੇ ਦੇ ਵਿੱਚ ਕੰਮ? ਦੇਖੋ ਮੇਰੇ ਹਿਸਾਬ ਦੇ ਨਾਲ ਤਾਂ ਕੰਮ ਬਹੁਤ ਹੋ ਚੁੱਕੇ ਹੈਗੇ ਆ, ਕੰਮ ਦੋ ਲਾਈਨਾਂ ਦਾ ਵਿਚਾਲਾ ਜਿਹੜਾ ਏਰੀਆ ਆ। ਮੈਂ ਚੌਧਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਉਹਨਾਂ ਲੋਕਾਂ ਨੂੰ ਇੱਕ ਤਾਂ ਰਸਤਾ ਚਾਹੀਦਾ ਰੇਲਵੇ ਲਾਈਨ ਦਾ, ਜਿਹੜਾ ਮੇਨ ਜਿਹੜਾ ਮੇਰਾ ਕੰਮ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੈਗਾ, ਅਤੇ ਇੱਕ ਉੱਥੇ ਪਾਣੀ ਦਾ ਨਿਕਾਸ ਚਾਹੀਦਾ ਹੈਗਾ। ਮੇਰੇ ਹਿਸਾਬ ਦੇ ਨਾਲ ਮੇਰੇ ਦੋ ਕੰਮ ਇਹ ਹੋ ਜਾਣ ਅਤੇ ਪਰਮਾਤਮਾ ਤੋਂ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਮੈਨੂੰ ਆਪਣੇ, ਮੈਂ ਆਪਣਾ ਘਰ ਆਪਣੇ ਬੱਚਿਆਂ ਦਾ ਮੈਂ ਕੋਈ ਕੰਮ ਨਹੀਂ ਮੈਂ ਕਰਦਾ, ਮੈਂ ਲੋਕਾਂ ਦੀ ਸੇਵਾ ਕਰਦਾ ਹਾਂ। ਔਰ ਮੈਨੂੰ ਇਹ ਪਤਾ, ਮੈਨੂੰ ਜਿਹੜੇ ਮੇਰੇ ਸਮੱਸਿਆ ਹੈਗੀ ਆ ਇਹ ਮੈਂ ਮੰਨ ਵਿੱਚ ਉਹਦੇ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ, ਕਈ ਵਾਰ ਚਿੱਠੀਆਂ ਪਾ ਵੀ ਦਿੱਤੀਆਂ ਹੈਗੀਆਂ, ਪਾਈ ਵੀ ਜਾਂਦੇ ਹੈਗੇ ਆ ਵੀ ਤੁਸੀਂ ਇਹ ਮੇਰਾ ਜਿਹੜਾ ਸਮੱਸਿਆ ਮੇਰੀ ਇਹ ਹੱਲ ਕਰੋ। ਇਹ ਗੱਲ ਹੋਰ ਮੈਂ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾ, ਕਲਸ਼ੀ ਨਗਰ ਮੁਹੱਲਾ ਜਦੋਂ ਸਾਰਾ ਉੱਜਣ ਲੱਗਾ ਸੀਗਾ, ਚੌਧਰੀ ਸਾਹਿਬ ਨੂੰ ਬੇਨਤੀ ਕੀਤੀ ਵੀ ਇਹਨਾਂ ਲੋਕਾਂ ਨੂੰ ਕਿਤੇ ਕਿਰਾਏ 'ਤੇ ਮਕਾਨ ਵੀ ਨਹੀਂ ਕਿਤੇ ਮਿਲਣਾ ਹੈਗਾ। ਅੱਛਾ, ਚੌਧਰੀ ਸਾਹਿਬ ਮੈਨੂੰ ਕਿਹਾ ਵੀ ਤੁਸੀਂ ਦਿੱਲੀ ਜਾਓ, ਕੇਪੀ ਮਹਿੰਦਰ ਸਿੰਘ ਕੇਪੀ ਉਸ ਵੇਲੇ MP ਸੀਗੇ, ਅਸੀਂ ਉਹਦੀ ਕੋਠੀ 4 ਦਿਨ ਠਹਿਰੇ ਜਾ ਕੇ, 3 ਜਣੇ ਮੇਰੇ ਨਾਲ ਹੋਰ ਗਏ, CP ਜੋਸ਼ੀ ਰਾਜਸਥਾਨ ਦਾ ਉਸ ਵੇਲੇ ਹਾਈਵੇ ਮੰਤਰੀ ਸੀ, ਅਸੀਂ ਉਹਨੂੰ ਬੇਨਤੀ ਕੀਤੀ ਵੀ ਲੋਕਾਂ ਨਾਲ ਉਜਾੜਾ ਨਾ ਕਰੋ, ਲੋਕਾਂ ਨੂੰ ਵਸਾਇਆ ਜਾਵੇ। ਇੱਥੇ ਬਲਡੋਜ਼ਰ ਵੀ ਆ ਗਏ ਸੀ, ਸਾਰਾ ਕੁਛ ਆ ਗਿਆ ਸੀ, ਕਲਸ਼ੀ ਨਗਰ ਸਾਰੇ ਢਾਉਣ ਲੱਗੇ ਸੀਗੇ, ਪਰ ਅਸੀਂ ਮੋਹਰੇ ਹੋ ਕੇ ਦਿੱਲੀ ਵਿੱਚ ਬੈਠੇ ਜਾ ਕੇ, ਦਿੱਲੀ ਤੋਂ ਉੱਥੇ ਉਹਨਾਂ ਨੇ ਆਰਡਰ ਕੀਤਾ, ਆਰਡਰ ਕਰਕੇ ਨਾਲੇ ਸਾਰੀ ਜਿਹੜੀ ਮਸ਼ੀਨਰੀ ਸੀ ਵਾਪਸ ਕਰ ਦਿੱਤੀ। ਇਹ ਮੈਂ ਕੋਲੋਂ ਨਹੀਂ ਕਹਿੰਦਾ ਹੈਗਾ, ਕਲਸ਼ੀ ਨਗਰ ਮੁਹੱਲੇ ਵਾਲੇ ਨੂੰ ਪੁੱਛ ਲਓ, ਮੇਰੇ ਕੋਲ ਕੋਈ ਵੀ ਆ ਜਾਵੇ ਮੈਂ ਲੋਕਾਂ ਜੋਗਾ, ਮੈਂ ਘਰ ਜੋਗਾ। ਇਹ ਸਨ ਸਾਡੇ ਨਾਲ ਇਸ ਵੇਲੇ ਲਗਾਤਾਰ 3 ਵਾਰ ਜਿਹੜੇ ਉੱਥੋਂ ਰਹੇ ਆ ਨਗਰ ਕੌਂਸਲਰ ਦੇ MC ਜਸ਼ਪਾਲ ਗਿੰਡਾ ਜੀ, ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਅਤੇ ਇਹਨਾਂ ਨੂੰ ਪੁੱਛਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਫਿਰ ਜਿੱਤ ਜਾਂਦੇ ਆ, ਅਗਰ ਜਿੱਤ ਜਾਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ 5 ਕੰਮ ਆ ਜਿਹੜੇ ਉਹ ਕਿਹੜੇ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ, ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜਿਵੇਂ ਜਿਵੇਂ ਚੋਣ ਨਜ਼ਦੀਕ ਆਉਂਦੀ ਜਾ ਰਹੀ ਹੈ, ਆਪਣੇ ਵੱਲੋਂ ਜਿਹੜੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ, ਹੁਣ ਦੇਖ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਾਰ ਉੱਥੇ ਦੇ ਜਿਹੜੇ ਲੋਕ ਆ ਕਿਸ ਨੂੰ ਇਸ ਵਾਰ ਜਿਹੜਾ ਜਿੱਤਿਆ ਹੋਇਆ ਨੁਮਾਇੰਦਾ ਦੇਖਣਾ ਚਾਹੁੰਦੇ ਆ। ਮੈਂ ਫਿਲੌਰ ਤੋਂ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਅਮਰਦੀਪ ਸਿੰਘ ਮੋਦੀ।